ਨੰਬਰ 6 ਲੱਤ ਪਿੱਛੇ ਨੂੰ ਕਰਨਾ ਸਿੰਕ ਵੱਲ ਮੂੰਹ ਕਰਕੇ ਖੜ੍ਹੇ ਹੋਵੋ ਸਿੰਕ ਨੂੰ ਦੋਨੋਂ ਹੱਥਾਂ ਨਾਲ ਫੜੋ ਖੱਬੀ ਲੱਤ ਦੇ ਪੰਜੇ ਨੂੰ ਚੁੱਕੋ ਖੱਬੇ ਗੋਡੇ ਨੂੰ ਸਿੱਧਾ ਰੱਖੋ ਅਤੇ ਪੰਜੇ ਨੂੰ ਉੱਪਰ ਨੂੰ ਰੱਖਦੇ ਹੋਏ ਖੱਬੀ ਲੱਤ ਨੂੰ ਥੋੜ੍ਹਾ ਜਿਹਾ ਆਪਣੇ ਪਿੱਛੇ ਨੂੰ ਲਿਜਾਓ ਅਗਾਂਹ ਨੂੰ ਨਾ ਚੁੱਕੋ ਇੱਥੇ ਰੋਕੋ ਅਤੇ ਫਿਰ ਵਾਪਸ ਆਓ ਫਿਰ ਅਜਿਹਾ ਦੂਸਰੀ ਲੱਤ ਨਾਲ ਕਰੋ ਹਰ ਲੱਤ ਨਾਲ 2-3 ਵਾਰੀ ਹੋਰ ਕਰੋ ਜੇ ਬਹੁਤ ਸੌਖਾ ਲੱਗੇ ਤਾਂ ਹੌਲੀ ਹੌਲੀ ਜ਼ਿਆਦਾ ਵਾਰੀ ਕਰੋ ਹਰ ਪੈਰ ਨਾਲ 15 ਵਾਰੀ ਤੱਕ ਹੌਲੀ ਹੌਲੀ ਸਿੰਕ ਜਾਂ ਕਾਊਂਟਰ ਨੂੰ ਕੱਟ ਫੜੋ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅਗਰ ਹੋਰ ਕਰਨਾ ਚਾਹੋ ਤਾਂ ਅਗਲੀ ਕਸਰਤ ਵੱਲ ਚਲੋ